ਸਤਿ ਸ਼੍ਰੀ ਅਕਾਲ ਦੋਸਤੋ, ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ। ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਹੁਣੇ ਹੁਣੇ ਇੱਥੇ ਗੱਡੀ 'ਤੇ ਜਾਂਦੇ ਸੈਲਾਨੀਆਂ 'ਤੇ ਟੁੱਟ ਗਿਆ ਡਿੱਗਿਆ ਪਹਾੜ, ਇੰਨੇ ਲੋਕਾਂ ਦੀ ਹੋਈ ਮੌਕੇ 'ਤੇ ਮੌਤ। ਵੀਡੀਓ ਨੂੰ ਅੰਤ ਤੱਕ ਦੇਖ ਲਿਓ ਦੋਸਤੋ, ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ। ਵੀਡੀਓ ਨੂੰ ਲਾਈਕ, ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ। ਤਸਵੀਰ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਿੰਦੇ ਹਾਂ ਜੀ। ਪੁੱਲ ਟੁੱਟਾ ਹੋਇਆ ਪਹਾੜ ਡਿੱਗਣ ਤੋਂ ਬਾਅਦ, ਸੋ ਇਹ ਤਸਵੀਰ ਜੋ ਤੁਸੀਂ ਆਪਣੇ ਫੋਨ ਦੀ ਡਿਸਪਲੇ 'ਤੇ ਦੇਖ ਰਹੇ ਹੋ ਜੀ, ਇਸ ਤਸਵੀਰ ਦੇ ਵਿੱਚ ਪਤਾ ਲੱਗ ਰਿਹਾ ਕਿ ਹਾਦਸਾ ਬੜਾ ਦਰਦਨਾਕ ਅਤੇ ਭਿਆਨਕ ਵਾਪਰਿਆ ਹੈ। ਹਿਮਾਚਲ ਪ੍ਰਦੇਸ਼ ਦੇ ਕਨੌਰ ਦੇ ਵਿੱਚ ਬਟਸੇਰੀ ਪਹਾੜੀ ਤੋਂ ਪੱਥਰ ਟੁੱਟ ਕੇ ਹੇਠਾਂ ਡਿੱਗ ਗਏ। ਪੱਥਰਾਂ ਦੇ ਹੇਠਾਂ ਡਿੱਗਣ ਨਾਲ ਕਈ ਵਾਹਨ ਇਸ ਦੀ ਚਪੇਟ ਵਿੱਚ ਆ ਗਏ। ਵਾਹਨ 'ਤੇ ਪੱਥਰ ਡਿੱਗਣ ਨਾਲ 9 ਵਿਅਕਤੀਆਂ ਦੀ ਮੌਤ ਹੋ ਗਈ, 3 ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਕਿ ਕਾਰ ਦੇ ਵਿੱਚ ਸਵਾਰ ਯਾਤਰੀ ਦਿੱਲੀ ਅਤੇ ਚੰਡੀਗੜ੍ਹ ਤੋਂ ਹਿਮਾਚਲ ਪ੍ਰਦੇਸ਼ ਨੂੰ ਦੇਖਣ ਲਈ ਆਏ ਸਨ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਕਾਂਗਰਸੀ ਵਿਧਾਇਕ ਜਗਤ ਸਿੰਘ ਨੇਗੀ ਨੇ ਕਿਹਾ ਕਿ ਪਹਾੜੀ ਤੋਂ ਲਗਾਤਾਰ ਪੱਥਰ ਡਿੱਗਦੇ ਹੀ ਜਾ ਰਹੇ ਹਨ, ਜਿਸ ਕਾਰਨ ਲੋਕਾਂ ਨੂੰ ਬਚਾਅ ਕਰਨ ਦੇ ਵਿੱਚ ਮੁਸ਼ਕਲ ਆ ਰਹੀ ਹੈ। ਸੋ ਦੋਸਤੋ, ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਸਟੇਚਰ ਦੇ ਉੱਪਰ ਲੋਕਾਂ ਨੂੰ ਪਾਇਆ ਗਿਆ ਹੈ ਜੀ। ਬਹੁਤ ਦਰਦਨਾਕ ਹਾਦਸਾ ਇੱਥੇ ਵਾਪਰਿਆ ਹੈ। ਸੋ ਦੋਸਤੋ, 9 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਆ। ਉਹਨਾਂ ਨੇ ਕਿਹਾ ਕਿ ਹਸਪਤਾਲ 'ਚੋਂ ਲਿਜਾਣ ਲਈ ਸਰਕਾਰ ਦੇ ਕੋਲੋਂ ਹੈਪਟਿਕ ਹੈਲੀਕਾਪਟਰ ਮੰਗਿਆ ਗਿਆ ਹੈ, ਜਿਸ ਨੂੰ ਸਰਕਾਰ ਨੇ ਭੇਜਣ ਵਾਸਤੇ ਜਲਦੀ ਭਰੋਸਾ ਦਿੱਤਾ ਹੈ। ਕਨੌਰ ਦੇ DC ਆਬਦ ਹੁਸੈਨ ਸਦੀਕ, SPS ਰਾਣਾ ਆਰ ਰਾਣਾ ਵੀ ਮੌਕੇ 'ਤੇ ਪਹੁੰਚੇ। ਘਟਨਾ ਦੀ ਸਥਾਨ 'ਤੇ ਚੀਕ ਚਿਹਾੜਾ ਮੱਚ ਗਿਆ। ਬਸਤਰੀ ਦੇ ਲੋਕ ਪੁਲਿਸ ਦੇ ਨਾਲ ਬਚਾਅ ਵਿੱਚ ਲੱਗੇ ਨੇ। ਜ਼ਮੀਨ ਖਿਸਕਣ ਨਾਲ ਪਿੰਡਾਂ ਦੇ ਲਈ ਬਸਪਾ ਨਦੀ 'ਤੇ ਬਣਿਆ ਪੁਲ ਟੁੱਟ ਗਿਆ, ਜਿਸ ਕਾਰਨ ਪਿੰਡ ਦਾ ਸੰਪਰਕ ਟੁੱਟ ਗਿਆ। ਮੇਰੀ ਜਾਣਕਾਰੀ ਦੇ ਅਨੁਸਾਰ ਪਹਾੜ ਤੋਂ ਡਿੱਗੀਆਂ ਚਟਾਨਾਂ ਸਮੇਤ ਜ਼ਮੀਨ ਖਿਸਕਣ ਦੇ ਕਾਰਨ ਕਈ ਵਾਹਨ ਆ ਜਿਹੜੇ ਉਹ ਨੁਕਸਾਨੇ ਗਏ ਨੇ, ਫਸ ਗਏ।